ਸਸ਼ੀਕਾਲ ਦੀ ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ ਤੇ ਮੈਂ ਹਾਂ ਸਫਰਨ ਦਾਵਾ ਪੇਸ਼ਾਂ ਪ੍ਰੋਗਰਾਮ ਖਬਰ ਪੰਜਾਬ ਦੀ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸੀ ਪਾਰਟੀਆਂ ਦੇ ਵਿੱਚ ਦਿੱਲੀ ਬੜਾ ਅਹਿਮ ਰੋਲ ਰੱਖਦੀ ਹੈ ਤਾਂ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਰਤਾ ਧਰਤਾ ਕੇਜਰੀਵਾਲ ਪੰਜਾਬ ਦੋ ਦਿਨਾਂ ਦੌਰੇ ਤੇ ਆਏ ਹੋਏ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਕਿਹੋ ਜੀ ਹਾਲਾਤ ਹੈ ਹਾਲਤ ਹੈ ਇਸ ਤੋਂ ਸਾਰੇ ਤੁਸੀਂ ਜਾਣੂ ਤਾਂ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਦੇ ਦੋ ਦਿਨਾ ਦੌਰੇ ਤੇ ਨੇ ਪਿਛਲੀ ਵਾਰ ਵਾਂਗ ਇਸ ਵਾਰ ਵੀ ਕੁਝ ਵਾਅਦੇ ਕਰਗੇ ਨੇ ਕੇਜਰੀਵਾਲ ਹਾਲਾਂਕਿ ਕੱਲ ਕੇਜਰੀਵਾਲ ਹੋਰਾਂ ਦਾ ਲੁਧਿਆਣਾ ਪਹੁੰਚਣ ਤੇ ਵਿਰੋਧ ਵੀ ਹੋਇਆ ਕਿ ਇੱਕ ਤਾਂ ਉਹ ਪੰਜਾਬ ਦੇ ਪਾਣੀਆਂ ਤੇ ਜਿਹੜਾ ਸਟੈਂਡ ਹੈ ਪੱਖ ਹੈ ਆਪਣਾ ਉਹ ਸਪਸ਼ਟ ਕਰਨ ਤੇ ਦੂਜਾ ਜਵਾਬ ਦੇਣ ਕਿਉਂਕਿ ਕੇਜਰੀਵਾਲ ਹੋਰੀ ਬੜੀ ਬਾਰੀ ਕਹਿੰਦੇ ਨਜ਼ਰ ਆਏ ਸੀਗੇ ਕਿ ਕੇਜਰੀਵਾਲ ਇਹ ਕਹਿੰਦੇ ਨੇ ਵੀ ਪੰਜਾਬ ਦਾ ਜਿਹੜਾ ਧੂਆਂ ਹੈ ਪੰਜਾਬ ਹਰਿਆਣੇ ਦਾ ਧੂਆਂ ਦਿੱਲੀ ਚ ਜਾਂਦਾ ਹੈ ਦਿੱਲੀ ਦੇ ਵਿੱਚ ਆਪਣਾ ਧੂਆਂ ਨਹੀਂ ਆ ਹਾਲਾਂਕਿ ਇਸ ਤੋਂ ਵੀ ਅਸੀਂ ਅੱਖਾਂ ਨਹੀਂ ਮੀਚ ਸਕਦੇ ਇਸ ਗੱਲ ਤੋਂ ਵੀ ਇਸ ਦ੍ਰਿਸ਼ ਤੋਂ ਵੀ ਕਿ ਜਿੰਨੀ ਦਿੱਲੀ ਦੇ ਵਿੱਚ ਟ੍ਰੈਫਿਕ ਆ ਜਿੰਨੀ ਦਿੱਲੀ ਦੇ ਵਿੱਚ ਇੰਡਸਟਰੀ ਆ ਕਿ ਉਹਦਾ ਧੂਆਂ ਧੂਆਂ ਨਹੀਂ ਹੈਗਾ ਕਿ ਉਹ ਧੂਆਂ ਅਮਰਤ ਹੈ ਉਸ ਤੋਂ ਇਹ ਧੂਆਂ ਨਹੀਂ ਮੰਨਿਆ ਜਾਂਦਾ ਪੰਜਾਬ ਦੀ ਪਰਾਲੀ ਦਾ ਜਿਹੜਾ ਧੂਆਂ ਉਹਨੂੰ ਧੂਆਂ ਮੰਨਿਆ ਜਾ ਰਿਹਾ ਤੇ ਉਹ ਧੂਆਂ ਕਹਿੰਦੇ ਵੀ ਦਿੱਲੀ ਵਾਸੀਆਂ ਦਾ ਸਾਹ ਘੁੱਟ ਰਿਹਾ ਜਿਵੇਂ ਹਰ ਸਾਲ ਘਟਦਾ ਤਾਂ ਦੋ ਗੱਲਾਂ ਨੂੰ ਲੈ ਕੇ ਕੇਜਰੀਵਾਲ ਹੋਰਾਂ ਨੂੰ ਗੱਡੀ ਘੇਰੀਗੀ ਖੈਰ ਇਸ ਗੱਲ ਤੇ ਵੀ ਆਵਾਂਗੇ ਕੇਜਰੀਵਾਲ ਹੋਰਾਂ ਦੇ ਜਿਹੜੇ ਨਵੇਂ ਵਾਅਦੇ ਨੇ ਉਹ ਸੁਣ ਲਈਏ ਤੇ ਉਹਨਾਂ ਦੇ ਉੱਪਰ ਇੱਕ ਇਹ ਵੀ ਚਰਚਾ ਕਰਿਓ ਇੱਕ ਇਹ ਵੀ ਆਪਣੇ ਆਪ ਦੇ ਨਾਲ ਸੋਚਿਓ ਕਿ ਕੀ ਪੰਜਾਬ ਦੀ ਜਿਹੋ ਜੀ ਸਥਿਤੀ ਆਰਥਿਕ ਪੱਖੋਂ ਆ ਖਜ਼ਾਨੇ ਦੀ ਜਾਂ ਸਰੋਤਾਂ ਪੱਖੋਂ ਕਿ ਉਹ ਵਾਅਦੇ ਮਮਕਨ ਨੇ ਪੰਜਾਬ ਦੇ ਵਿੱਚ ਪੂਰੇ ਕਰਨੇ ਇੱਕਦਮ ਕਿਉਂਕਿ ਦਿੱਲੀ ਦੇ ਵਿੱਚ ਭਾਵੇਂ ਉਹ ਸਹੂਲਤਾਂ ਜਾਰੀ ਨੇ ਪਰ ਪੰਜਾਬ ਦੇ ਵਿੱਚ ਸੇਮ ਸਹੂਲਤਾਂ ਲਾਗੂ ਕਰਨੀਆਂ ਉਹੀ ਸਹੂਲਤਾਂ ਇੱਥੇ ਮਹੱਈਆ ਕਰਾਉਣੀਆਂ ਕਿ ਉਹ ਆਸਾਨ ਨੇ ਜਾਂ ਬਹੁਤ ਮੁਸ਼ਕਲ ਨੇ ਜਾਂ ਫਿਰ ਕੀਤੀਆਂ ਹੀ ਨਹੀਂ ਜਾ ਸਕਦੀਆਂ ਜਾਂ ਫਿਰ ਬਹੁਤ ਘੱਟ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਹੋਵੇਗਾ ਕਿਉਂਕਿ ਦਿੱਲੀ ਦੇ آمدਨ ਦੇ ਜਿਹੜੇ ਸਾਧਨ ਨੇ ਉਹ ਵੱਖਰੇ ਨੇ ਪੰਜਾਬ ਨਾਲ ਤਾਂ ਪਹਿਲੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਹਰ ਵਿਅਕਤੀ ਨੂੰ ਮੁਫਤ ਤੇ ਚੰਗਾ ਇਲਾਜ ਮਿਲੇਗਾ ਮਿਲਣਾ ਵੀ ਚਾਹੀਦਾ ਹਰ ਵਿਅਕਤੀ ਇਸ ਦੀ ਆਸ ਰੱਖਦਾ ਤੇ ਹਰ ਵਿਅਕਤੀ ਇਸ ਦਾ ਹੱਕਦਾਰ ਵੀ ਹੈ ਜਿਵੇਂ ਅਸੀਂ ਵਿਦੇਸ਼ਾਂ ਦੇ ਵਿੱਚ ਦੇਖਦੇ ਹਾਂ ਕਿ ਉੱਥੇ ਬਿਮਾਰੀ ਖੁਣੋਂ ਜਾਂ ਇਲਾਜ ਖੁਣੋਂ ਕੋਈ ਬੰਦੇ ਨੂੰ ਉੱਥੇ ਥੁੜ ਨਹੀਂ ਦਿੰਦੇ ਉੱਥੇ ਬੰਦੇ ਨੂੰ ਬਗਾਨਾ ਮਹਿਸੂਸ ਨਹੀਂ ਕਰਾਇਆ ਜਾਂਦਾ ਹਸਪਤਾਲਾਂ ਦੇ ਵਿੱਚ ਜਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤਾਂ ਇੱਕ ਤਾਂ ਉਹ ਕਹਿੰਦੇ ਵੀ ਮੁਫਤ ਤੇ ਚੰਗਾ ਇਲਾਜ ਮਿਲੂਗਾ ਤੇ ਦੂਜਾ ਸਾਰੀਆਂ ਦਵਾਈਆਂ ਦੇ ਸਾਰੇ ਟੈਸਟ ਤੇ ਇਲਾਜ ਤੇ ਆਪਰੇਸ਼ਨ ਸਭ ਮੁਫਤ ਹੋਣਗੇ ਪਰ ਅਸੀਂ ਕਰੋਨਾ ਵੇਲੇ ਦੇਖਿਆ ਕਿ ਪੰਜਾਬ ਦੇ ਜਿਹੜੇ ادارے ਨੇ ਪੰਜਾਬ ਦੇ ਜਿਹੜੇ ਪ੍ਰਾਈਵੇਟ ادارے ਨੇ ਭਾਵੇਂ ਉਹ ਹਸਪਤਾਲ ਹੋਣ ਭਾਵੇਂ ਉਹ ਨਿੱਜੀ ਸਕੂਲ ਹੋਣ ਉਹ ਆਪਣੀ ਮਰਜ਼ੀ ਕਰਦੇ ਨੇ ਸਰਕਾਰਾਂ ਜਿਹੜੇ ਮਰਜ਼ੀ ਫਰਮਾਨ ਜਾਰੀ ਕਰ ਦੇਣਾ ਪਰ ਉਹ ਹਮੇਸ਼ਾ ਆਪਣੀ ਮਨਮਰਜ਼ੀ ਕਰਦੇ ਨੇ ਭਾਵੇਂ ਉਹ ਕਰੋਨਾ ਕਾਲ ਦਾ ਸੀ ਦੌਰ ਦੇਖਿਆ ਦਵਾਈਆਂ ਦੇ ਰੇਟ ਹੋਣ ਭਾਵੇਂ ਇੰਜੈਕਸ਼ਨਾਂ ਦੇ ਰੇਟ ਹੋਣ ਜਾਂ ਫਿਰ ਬਹੁਤ ਸਾਰੇ ਹਸਪਤਾਲਾਂ ਨੇ ਆਪਣੇ ਹਸਪਤਾਲਾਂ ਨੂੰ ਜਿੰਦਾ ਮਾਰ ਕੇ ਘਰਾਂ ਨੂੰ ਚਲੇ ਗਏ ਸੀਗੇ ਤਾਂ ਕਹਿਣ ਤੋਂ ਭਾਵ ਕਿ ਇਹ ਇੰਨਾ ਸੌਖਾ ਨਹੀਂ ਹੈਗਾ ਪੰਜਾਬ ਦੇ ਵਿੱਚ ਲਾਗੂ ਕਰਨਾ ਪਰ ਜੇ ਇਹ ਲਾਗੂ ਹੁੰਦਾ ਜਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਚੰਗੀ ਗੱਲ ਹੈ ਤਾਂ ਕਹਿੰਦੇ ਵੀ ਜਿੰਨੇ ਵੀ ਜਿੰਨੇ ਵੀ ਲੱਖ ਦਾ ਆਪਰੇਸ਼ਨ ਹੋਊਗਾ ਉਹ ਸਰਕਾਰੀ ਹਸਪਤਾਲ ਦੇ ਵਿੱਚ ਮੁਫਤ ਹੋਵੇਗਾ ਦੋਸਤੋ ਬਾਅਦ ਕਹਿੰਦੇ ਦਿੱਲੀ ਦੇ ਮਹੱਲਾ ਕਲੀਨਿਕਾਂ ਦੀ ਜਿਹੜੀ ਚਰਚਾ ਪੂਰੀ ਦੁਨੀਆ ਦੇ ਵਿੱਚ ਆ ਤਾਂ ਜਿਸ ਦੇ ਤਹਿਤ ਇਸੇ ਪ੍ਰੋਗਰਾਮ ਦੇ ਤਹਿਤ ਇਸੇ ਲੜੀ ਦੇ ਤਹਿਤ ਅੱਗੇ ਪੰਜਾਬ ਦੇ ਵਿੱਚ 16000 ਮਹੱਲਾ ਕਲੀਨਿਕ ਖੁੱਲਣਗੇ ਹਾਲਾਂਕਿ ਮਹੱਲਾ ਕਲੀਨਿਕਾਂ ਦੀ ਤੁਸੀਂ ਸਵੇਰ ਤੋਂ ਵੀਡੀਓ ਦੇਖ ਰਹੇ ਹੋ ਉਹ ਕਿਸੇ ਨੇ ਬਣਵਾਈਆਂ ਨੇ ਜਾਂ ਫਿਰ ਉਹ ਸੱਚ ਹੈ ਇਹ ਉੱਥੇ ਜਾ ਕੇ ਹਕੀਕਤ ਦੇਖੀ ਜਾ ਸਕਦੀ ਹੈ ਕਿ ਦਿੱਲੀ ਦੇ ਵਿੱਚ ਮਹੱਲਾ ਕਲੀਨਿਕਾਂ ਦੀ ਕੀ ਹਾਲਤ ਹੈ ਤਾਂ ਬਹੁਤ ਸਾਰੇ ਲੋਕ ਦਿੱਲੀ ਦੇ ਮਹੱਲਾ ਕਲੀਨਿਕਾਂ ਤੋਂ ਖੁਸ਼ ਵੀ ਨਹੀਂ ਤੁਸੀਂ ਤਸਵੀਰਾਂ ਵੀ ਦੇਖੀਆਂ ਨੇ ਪਰ ਹਕੀਕਤ ਅੱਖੀਂ ਦੇਖੇ ਤੇ ਕੰਨੀ ਸੁਣੇ ਪਤਾ ਲੱਗਦੀ ਹੈ ਤਾਂ ਪੰਜਾਬ ਦੇ ਵਿੱਚ 16000 ਮਹੱਲਾ ਕਲੀਨਿਕ ਖੋਲੇ ਜਾਣਗੇ ਤਾਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲ ਸ਼ਾਨਦਾਰ ਬਣਾਏ ਜਾਣਗੇ ਤਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਜਿਹੜੀ ਹਾਲਤ ਹੈ ਜਾਂ ਜਿਹੜੇ ਹਾਲਾਤ ਨੇ ਜਿਹੜੀ ਤਸਵੀਰ ਹੈ ਉਹ ਉਹ ਤੋਂ ਤੁਸੀਂ ਸਾਰੇ ਵਾਕਿਫ ਹੋ ਤੁਸੀਂ ਸਾਰੇ ਜਾਣੂ ਹੋ ਕੱਲੀ-ਕੱਲੀ ਅੱਖ ਨੇ ਉਹ ਤਸਵੀਰ ਦੇਖੀ ਹੋਈ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕਿੰਨੀ ਕੋਈ ਸਫਾਈ ਹੁੰਦੀ ਹੈ ਕਿੰਨੀਆਂ ਕੋਈ ਬੈੱਡ ਸੀਟਾਂ ਸਹੀ ਹੁੰਦੀਆਂ ਨੇ ਕਿੰਨੇ ਕੋਈ ਪੱਖੇ ਸਹੀ ਹੁੰਦੇ ਨੇ ਤੇ ਸਫਾਈ ਪੱਖੋਂ ਜਾਂ ਵਾਕੀ ਪੱਖਾਂ ਤੋਂ ਜੋ ਜਨ ਮਨੁੱਖ ਨਰੋਗ ਹੋਣ ਲਈ ਆਉਂਦਾ ਰੋਗੀ ਮਨੁੱਖ ਹਸਪਤਾਲਾਂ ਵਿੱਚ ਨਰੋਗ ਹੋਣ ਲਈ ਆਉਂਦਾ ਪਰ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਦੇ ਜਿਹੜੇ ਹਾਲਾਤ ਨੇ ਉਹ ਇਦਾਂ ਦੇ ਹੁੰਦੇ ਨੇ ਕਿ ਬੰਦਾ ਨਰੋਗ ਹੋਇਆ ਆਉਂਦਾ ਤੇ ਡਬਲ ਦੁੱਗਣ ਨਰੋਗ ਹੋ ਕੇ ਚਲਾ ਜਾਂਦਾ ਇਸ ਪੱਦਰ ਦੀ ਉੱਥੇ ਜਿਹੜੀ ਸਫਾਈ ਆ ਦੇਖਣ ਨੂੰ ਮਿਲਦੀ ਹੈ ਕਿ ਬੰਦਾ ਦੁੱਗਣਾ ਮਾਫ ਕਰਨਾ ਦੁੱਗਣਾ ਰੋਗੀ ਹੋ ਕੇ ਚਲਾ ਜਾਂਦਾ ਤੇ ਪੰਜਾਬ ਦੇ ਸਾਰੇ ਸਾਰੇ ਸਰਕਾਰੀ ਹਸਪਤਾਲ ਸ਼ਾਨਦਾਰ ਬਣਾਏ ਜਾਣਗੇ ਉਸ ਤੋਂ ਬਾਅਦ ਸੜਕ ਹਾਦਸਾ ਜਿਹੜਾ ਹੋ ਜਾਂਦਾ ਹੈ ਖੁਦਾ ਨਾਕਾਸ ਤੱਕ ਕਿਸੇ ਨਾਲ ਅਜਿਹਾਨਾ ਵਾਪਰੇ ਪਰ ਅਸੀਂ ਦੇਖਦੇ ਹਾਂ ਕਿ ਸੜਕ ਹਾਸੇ ਵਾਪਰਦੇ ਰਹਿੰਦੇ ਨੇ ਤਾਂ ਜੇਕਰ ਸੜਕ ਹਾਦਸਾ ਕਿਸੇ ਨਾਲ ਵਾਪਰਦਾ ਤਾਂ ਉਹਦਾ ਵੀ ਜਿਹੜਾ ਇਲਾਜ ਹੈ ਉਹ ਮੁਫਤ ਕਰਵਾਇਆ ਜਾਵੇਗਾ ਸਰਕਾਰ ਉਸ ਪੀੜਤ ਦਾ ਇਲਾਜ ਕਰਵਾਏਗੀ ਤੇ ਹਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰੈਸ ਕਲੱਬ ਇੱਕ ਕਹਿੰਦੇ ਵੀ ਜਰੂਰ ਬਣਾਇਆ ਜਾਊਗਾ ਪ੍ਰੈਸ ਕਲੱਬ ਵੀ ਲੋਕਾਂ ਦੇ ਵਿੱਚ ਜਿਹੜੀ ਜਾਗਰੂਕਤਾ ਉਹ ਲਿਆਂਦੀ ਜਾਊਗੀ ਕੇਜਰੀਆਲ ਹੋਰਾਂ ਨੇ ਪਰਾਲੀ ਦੀ ਸਮੱਸਿਆ ਜਿਸ ਨੂੰ ਲੈ ਕੇ ਕੱਲ ਲੁਧਿਆਣਾ ਕੇਜਰੀਆਲ ਹੋਰਾਂ ਦੀ ਗੱਡੀ ਘੇਰੀ ਗਈ ਉਸ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਇੱਕ ਅਜਿਹਾ ਘੋਲ ਆ ਜਿਹੜਾ ਉਹ ਮੁਫਤ ਮਹਈਆ ਕਰਵਾਵਾਂਗੇ ਕਹਿੰਦੇ ਅਸੀਂ ਦਿੱਲੀ ਦੇ ਵਿੱਚ ਮਹਈਆ ਕਰਾ ਰਹੇ ਹਾਂ ਉੱਥੇ ਦੇ ਕਿਸਾਨਾਂ ਨੂੰ ਕਿ ਜਿਹਦੇ ਨਾਲ 2-3 ਦਿਨਾਂ ਦੇ ਵਿੱਚ ਪਰਾਲੀ ਗਲ ਜਾਂਦੀ ਹੈ ਕਹਿੰਦੇ ਜੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਨੂੰ ਇਹ ਮੁਫਤ ਮਹਈਆ ਕਰਾਇਆ ਜਾਊਗਾ ਜੇ ਇਥੇ ਗੱਲ ਇੱਕ ਆਉਂਦੀ ਹੈ ਜੇ ਦੀ ਪਿਛਲੇ ਦਿਨੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਇਕਾਈ ਆ ਉਹ ਪ੍ਰੈਸ ਕਾਨਫਰੰਸ ਕਰਦੀ ਹੈ ਬੜੀ ਵਾਰੀ ਅਸੀਂ ਵੀ ਪੁੱਛਿਆ ਜਦੋਂ ਇੰਟਰਵਿਊ ਕਰਦੇ ਆ ਜਾਂ ਪ੍ਰੈਸ ਵਾਰਤਾ ਦੇ ਵਿੱਚ ਬੈਨੇ ਆ ਕਿ ਹਜੇ ਤੱਕ ਤੁਸੀਂ ਕੋਈ ਰੋਡ ਮੈਪ ਜਾਰੀ ਕਿਉਂ ਨਹੀਂ ਕੀਤਾ ਤਾਂ ਹੁਣ ਵੀ ਗੱਲ ਜੇ ਤੇ ਆ ਕਿ ਜੇ ਸਾਡੀ ਸਰਕਾਰ ਬਣੀ ਸੀ ਤਾਂ ਕੋਲ ਦੇਵਾਂਗੇ ਤਾਂ ਮਹਈਆ ਕਰਾਵਾਂਗੇ ਬਹੁਤ ਕਿਸਾਨਾਂ ਨੂੰ ਦੇ ਸਕਦੇ ਨੇ ਹੁਣ ਵੀ ਦੇ ਸਕਦੇ ਨੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਵੰਡ ਸਕਦੇ ਜੇ ਪਿੰਡਾਂ ਦੇ ਵਿੱਚ ਪਾਰਟੀ ਬਣਾਈ ਜਾ ਸਕਦੀ ਹੈ ਜੇ ਪਿੰਡਾਂ ਦੇ ਵਿੱਚ ਆਪਣੀ ਸ਼ਾਖਾ ਖੜੀ ਕੀਤੀ ਜਾ ਸਕਦੀ ਹੈ ਜੇ ਪਿੰਡਾਂ ਦੇ ਲੋਕਾਂ ਦੇ ਹੱਥ 'ਚ ਝਾੜੂ ਫੜਾਇਆ ਜਾ ਸਕਦਾ ਹੈ ਜੇ ਪਿੰਡਾਂ ਦੇ ਲੋਕਾਂ ਦੇ ਸਿਰਾਂ 'ਤੇ ਆਮ ਆਦਮੀ ਪਾਰਟੀ ਦੀਆਂ ਟੋਪੀਆਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਫਿਰ ਪਰਾਲੀ ਗਾਲ ਨਾਲਾ ਕੋਲ ਕਿਉਂ ਨਹੀਂ ਦਿੱਤਾ ਜਾ ਸਕਦਾ ਸਰਕਾਰ ਬਣਨ ਤੋਂ ਪਹਿਲਾਂ ਇਹ ਸਾਰੀਆਂ ਸਰਕਾਰਾਂ ਦੇ ਹਾਲੇ ਹੋਏ ਪੈਨੇ ਕਿ ਜੇ ਸਾਡੀ ਸਰਕਾਰ ਬਣੀ ਸੀ ਆ ਕਰਾਂਗੇ ਜੇ ਤੇ ਗੱਲ ਆ ਜਾਂਦੀ ਹੈ ਤਾਂ ਕਿਉਂ ਨਾ ਪੰਜਾਬ ਦੇ ਲੋਕ ਇਹ ਕਹਿਣ ਕਿ ਕੁਝ ਚੀਜ਼ਾਂ ਸਾਨੂੰ ਪਹਿਲਾਂ ਹੀ ਕਰਕੇ ਦਿਖਾਓ ਜਿੰਨੀਆਂ ਕਿ ਤੁਸੀਂ ਕਰ ਸਕਦੇ ਹੋ ਕੋਲ ਦੇਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਤੁਸੀਂ ਹੁਣੇ ਕਰ ਸਕਦੇ ਹੋ ਬਹੁਤ ਸਾਰੇ ਨਿੱਜੀ ਕੰਪਨੀਆਂ ਪੰਜਾਬ ਦੇ ਵਿੱਚ ਆ ਕੇ ਆਪਣੀ ਜਿਹੜੀ ਮਸ਼ਹੂਰੀਆ ਕਰਦੀਆਂ ਨੇ ਸਮਾਨ ਦੀ ਕਿ ਅਸੀਂ ਆ ਆ ਕਰ ਰਹੇ ਹਾਂ ਇਹਨੂੰ ਫਰੀ ਵਰਤ ਕੇ ਦੇਖੋ ਜੇ ਚੰਗੀ ਲੱਗੀ ਤਾਂ ਬਾਅਦ ਚ ਲੈ ਲਿਓ ਉਹਨਾਂ ਨੂੰ ਨਹੀਂ ਕੋਈ ਰੋਕਦਾ ਤਾਂ ਕੋਲ ਨੂੰ ਵੀ ਕਿਸੇ ਨੇ ਨਹੀਂ ਰੋਕਣਾ ਕੋਲ ਤੱਕ ਸਾਨਾ ਚ ਦਿੱਤਾ ਜਾ ਸਕਦਾ ਤਾਂ ਕਹਿਣ ਤੋਂ ਭਾਵ ਕਿ ਪੰਜਾਬ ਦੇ ਲੋਕ ਰੋਡ ਮੈਪ ਦੀ ਮੰਗ ਨਹੀਂ ਕਰਦੇ ਪੰਜਾਬ ਦੇ ਲੋਕ ਵੀ ਕਿਤੇ ਨਾ ਕਿਤੇ ਉਨੇ ਹੀ ਕਸੂਰਵਾਰ ਨੇ ਜਿੰਨੀਆਂ ਸਿਆਸੀ ਪਾਰਟੀਆਂ ਉਹਨਾਂ ਨੇ ਕਦੇ ਕਿਸੇ ਪਾਰਟੀ ਤੋਂ ਰੋਡ ਮੈਪ ਦੀ ਮੰਗ ਨਹੀਂ ਕੀਤੀ ਵੱਡੇ ਲੈਵਲ ਤੇ ਕਿ ਸਾਨੂੰ ਜੇਕਰ ਤੁਸੀਂ ਬਚਾਉਂਗੇ ਸਿਹਤ ਪੱਖੋਂ ਸਿੱਖਿਆ ਪੱਖੋਂ ਨਸ਼ੇ ਪੱਖੋਂ ਜੇਕਰ ਸਾਨੂੰ ਬੁਰੀਆਂ ਅਲਾਮਤਾਂ ਤੋਂ ਬਚਾਉਂਗੇ ਤਾਂ ਕਿਵੇਂ ਬਚਾਉਂਗੇ ਤੇ ਜੇ ਬਚਾਉਂਗੇ ਜਿਹੜੇ ਵਾਦੇ ਕਰੋਗੇ ਜਾ ਉਹ ਫਿਰ ਦਸਤਾਵੇਜ਼ ਹੈ ਉਹ ਕਾਨੂੰਨੀ ਬਣਾਓ ਜੇ ਤੁਸੀਂ ਵਾਦੇ ਪੂਰੇ ਨਹੀਂ ਕਰੋਗੇ ਤਾਂ ਫਿਰ ਤੁਹਾਡੇ ਤੇ ਵੀ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਸਕੂਗੀ ਪਰ ਨਹੀਂ ਪੰਜਾਬ ਦੇ ਲੋਕ ਵੀ ਜਿਵੇਂ ਕਬੂਤਰ ਬਿੱਲੀ ਦੇ ਅੱਗੇ ਅੱਖਾਂ ਮੀਚ ਕੇ ਬੈਠ ਜਾਂਦਾ ਤੇ ਪੰਜਾਬ ਦੇ ਲੋਕ ਵੀ ਐਦਾਂ ਬੈਠੇ ਨੇ ਤੇ ਸਿਰਫ ਸੁਣ ਰਹੇ ਨੇ ਕਿ ਆ ਪਾਰਟੀ ਆਓ ਕਰੂਗੀ ਆ ਪਾਰਟੀ ਆਓ ਕਰੂਗੀ ਹਾਲਾਂਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ ਕੁਝ ਵੀ ਕਰਾਉਣਾ ਨਹੀਂ ਚਾ ਰਹੇ ਕੁਝ ਵੀ ਨਹੀਂ ਕਰਾਉਣਾ ਚਾਹ ਰਹੇ ਤੁਸੀਂ ਦੋਵੇਂ ਧਿਰਾਂ ਜਿਹੜੀਆਂ ਨੇ ਬਰਾਬਰ ਦੀਆਂ ਕਿਤਨਾ ਕਿਤੇ ਕਸੂਰਵਾਰ ਲੱਗਦੀਆਂ ਹੁੰਦੀਆਂ ਨੇ ਜਦੋਂ ਪਾਰਟੀਆਂ ਸਿੱਧਾ ਕਹਿੰਦੇ ਨੇ ਕਿ ਜੇ ਸਾਡੀ ਸਰਕਾਰ ਬਣੀ ਜੇ ਦਾ ਕੀ ਮਤਲਬ ਵੀ ਜੇ ਸਾਡੀ ਸਰਕਾਰ ਬਣੀ ਅਸੀਂ ਤਾਂ ਤੁਹਾਡਾ ਭਲਾ ਕਰਾਂਗੇ ਨਹੀਂ ਅਸੀਂ ਤੁਹਾਡਾ ਭਲਾ ਨਹੀਂ ਕਰਾਂਗੇ ਨਹੀਂ ਅਸੀਂ ਸੱਤਾ 'ਚ ਆਉਣ ਦੇ ਲਈ ਇੱਕ ਦਿਨ ਦਾ ਧਰਨਾ ਲਾਵਾਂਗੇ ਚੱਕ ਲਾਂਗੇ ਮਾੜਾ ਜਾਂ ਵਿਰੋਧ ਕਰਾਂਗੇ ਚੱਕ ਲਾਂਗੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਵਿਰੋਧੀ ਪਾਰਟੀਆਂ ਦੇ ਖਿਲਾਫ ਜਾਂ ਸੱਤਾ ਤੇ ਪਾਰਟੀ ਦੇ ਖਿਲਾਫ ਕਿਉਂਕਿ ਉਹਦੇ 'ਚ ਪੈਸੇ ਲੱਗਦੇ ਨੇ ਉਹਦੇ 'ਚ ਗੇੜੇ ਲੱਗਦੇ ਨੇ ਅਦਾਲਤਾਂ ਦੇ ਜਿਹੜੇ ਕਿ ਨਹੀਂ ਲਾਉਣੇ ਚਾਹੁੰਦੇ ਤਾਂ ਪੰਜਾਬ ਦੇ ਲੋਕਾਂ ਨੂੰ ਤੈਅ ਕਰਨਾ ਹੋਊਗਾ ਸੋਹਣੇ ਵਾਦੇ ਨੇ ਕੇਜਰੀਵਾਲ ਹੋਰਾਂ ਦੇ ਜੇ ਇਹ ਪੂਰੇ ਹੁੰਦੇ ਨੇ ਜੇ ਇਹ ਵਾਦੇ ਵਫਾ ਹੁੰਦੇ ਨੇ ਤਾਂ ਪੰਜਾਬੀ ਕੋਸ਼ਿਸ਼ ਕਰਨ ਕਿ ਜੇਕਰ ਇਦਾਂ ਦੇ ਵਾਦੇ ਕੀਤੇ ਜਾਂਦੇ ਨੇ ਤਾਂ ਕੁਝ ਕੁ ਵਾਦੇ ਪਹਿਲਾਂ ਹੀ ਵਫਾ ਕਰਾ ਲੈ ਜਾਣ ਤਾਂ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਕਿੰਨੇ ਕੁ ਪਾਣੀ ਦੇ ਵਿੱਚ ਖੜੀਆਂ ਨੇ ਸੋ ਇਹ ਫੈਸਲਾ ਲੋਕਾਂ ਦਾ ਸੁਖਵੀਰ ਬਾਦਲਵਾਲੀ ਜਿਹੜੇ ਮਹੱਲਾ ਕਲੀਨਿਕ ਨੇ ਉਹ ਅੱਜ ਕਹਿ ਰਹੇ ਸੀਗੇ ਕਿ ਮਹੱਲਾ ਕਲੀਨਿਕਾਂ ਦਾ ਜਿਹੜਾ ਹਾਲ ਹੈ ਉਹ ਬਿਲਕੁਲ ਬੁਰਾ ਬਿਲਕੁਲ ਬਾਤਰਾ ਅੱਜ ਇੱਕ ਸਵੇਰ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਕੋ ਮਰੀਆ ਮੱਲਾ ਕਲੀਨਿਕਾਂ ਦੀ ਉਹ ਵੀ ਤੁਸੀਂ ਦੇਖੀ ਹੋਣੀ ਆ ਖੈਰ ਭਗਵੰਤ ਮਾਨ ਅੱਜ ਨਜ਼ਰ ਨਾਲ ਨਜ਼ਰ ਬੈਠੇ ਆਏ ਮੁਸਕਰਾਉਂਦੇ ਵੀ ਨਜ਼ਰ ਆਏ ਪਰ ਅੱਜ ਭਗਵੰਤ ਮਾਨ ਦੀ ਜਿਹੜੀ ਬਾਡੀ ਲੈਂਗੁਏਜ ਆ ਜਿਹਨੂੰ ਅਸੀਂ ਸਰੀਰਕ ਭਾਸ਼ਾ ਕਹਿ ਸਕਦੇ ਆ ਸਰੀਰ ਦੀ ਭਾਸ਼ਾ ਉਹ ਅੱਜ ਸਮਝਣੀ ਔਖੀ ਸੀ ਕੇਜਰੀਵਾਲ ਹੋਰੀ ਜਾਤਾ ਸ਼ਾਇਦ ਲੱਗਦਾ ਉਹਨਾਂ ਨੂੰ ਪਹਿਲਾਂ ਹੀ ਸਾਰਿਆਂ ਦੇ ਸਾਹਮਣੇ ਮਨਾ ਗਏ ਕਿ ਲੈ ਪਾਈ ਹੁਣ ਤੂੰ ਰੌਲਾ ਨਾ ਪਾਈ ਕਿਉਂਕਿ ਮੀਡੀਆ ਨੇ ਸਵਾਲ ਕੀਤਾ सीएम ਫੇਸ ਨੂੰ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਭਗਵੰਤ ਮਾਨ ਮੇਰਾ ਭਰਾ ਆ ਤੇ ਇਹਨੇ ਇਹ ਲੱਖਾਂ ਕਮਾਉਂਦਾ ਸੀ ਕਿਸੇ ਟਾਈਮ ਸ਼ੋਅ ਕਰਕੇ ਤਾਂ ਫਿਰ ਵੀ ਆਪਣਾ ਜਿਹੜਾ ਭਵੇਖਾ ਉਹ ਦਾਤੇ ਲਾ ਕੇ ਪੰਜਾਬ ਦੀ ਸੇਵਾ ਦੇ ਲਈ ਆਇਆ ਨਹੀਂ ਇਹ ਪਹਿਲਾਂ ਲੱਖਾਂ ਕਮਾਉਂਦਾ ਸੀ ਤਾਂ ਉਸ ਤੋਂ ਬਾਅਦ ਉਹ ਗੱਲ ਕਮਾਉਂਦੇ ਨੇ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਅਹੁਦਿਆਂ ਲਈ ਨਹੀਂ ਆਇਆ ਕੋਈ ਵੀ ਸ਼ੌਹਰਤਾਂ ਲਈ ਨਹੀਂ ਆਇਆ ਕੋਈ ਵੀ ਪੈਸਿਆਂ ਦੇ ਲਈ ਨਹੀਂ ਆਇਆ ਕੋਈ ਵੀ ਵੱਡੀਆਂ ਸਹੂਲਤਾਂ ਮਾਨਣ ਦੇ ਲਈ ਨਹੀਂ ਆਇਆ ਸਿਰਫ ਸੇਵਾ ਦੇ ਲਈ ਆਇਆ ਤਸੀਮ ਫੇਸ ਇਸ ਵਾਰ ਵੀ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਇਸ ਵਾਰ ਵੀ ਆਮ ਆਦਮੀ ਪਾਰਟੀ ਨੇ ਨਹੀਂ ਹਲਾਣਿਆ ਸੁਕੇਜਰੀਵਾਲ ਦਾ ਅੱਜ ਦਾ ਜਿਹੜਾ ਦੌਰੇ ਦਾ ਇਹਨਾਂ ਕੋ ਜਿਹੜਾ ਮੰਥਨ ਸੀਗਾ ਵਿਸਤਾਰ ਸੀਗਾ ਸੋ ਬਾਕੀ ਖਬਰਾਂ ਦੇ ਲਈ ਵੀ ਜੁੜੇ ਰਹੋ ਪ੍ਰਵਾਸੀ ਟੀਵੀ ਦੇ ਨਾਲ ਆਪਾਂ ਫਿਰ ਮਿਲਾਂਗੇ ਧੰਨਵਾਦ